चिमारू के नए वीडियोस के लिए सब्सक्राइब कीजिए और बेल आइकन को दबाना न भूलें। चाचा जी मानते हो फिर बोलियां कादियां सी डूंगियां बजारता ही सी ओए बल्लिया बजारता हुईयां ते बजारता हुईयां इन्हां नु समझना औखा ही हुंदा। चलो बजारता तां मान लिया आ बजारता नु समझना क्यों औखा है इन्हां नु ते जनता आप चुनदी। जदों एक वारी कुर्सी नु हाथ पै जांदा ना फेर नहीं कुत्ती भौंकदी सुणदी। नाले सरकारां नु तां की सुननी आ इह तां थल्ले छोटे छोटे जथेदारां नु नहीं सुणदी। सुनन भी क्यों जदों अगलियां दी सरकार आ। पिछले हफ्ते तीन जथेदार एक मोटरसाइकिल ते सवार चढ़े जान। ट्रैफिक पुलिस वाले ने अपने जान हाथ दिता भी इन्हों का कट दिया चलान। भज के जाके मूहरे कहना जथेदार जी मोटरसाइकिल खड़ाइए। कहना यार असी तो पहले ही मसा तीन बैठे तैनु कुत्थों चढ़ाइए। ਇੰਨੀ ਚਤਰੇ ਦੀ ਚੜਾਈ ਹੋਵੇ ਨਵੀਂ ਸਰਕਾਰ ਆਈ ਹੋਵੇ ਉਹਦੇ ਤੇ ਕੋਈ ਕਥਾ ਨਾ ਸੁਣਾਈ ਹੋਵੇ ਗੱਲ ਜੱਚਦੀ ਨੀ। ਪਟੂਆ ਤੁਹਾਨੂੰ ਸਭ ਪਤਾ ਵੀ ਮੇਰੇ ਵੀ ਕਥਾ ਪਚਦੀ ਨੀ। ਲਓ ਸੁਣੋ ਫਿਰ 13 ਸੁਨਿਆਰਿਆਂ ਦਾ ਮੁੰਡਾ ਗਿਆ ਕੈਨੇਡਾ। 2 ਸਾਲ ਬਾਅਦ ਉਹਦੇ ਪਿਓ ਨੇ ਸੋਚਿਆ ਕਿ ਜਾ ਕੇ ਵੇਖੀਏ ਤਾਂ ਸਹੀ ਉੱਥੇ ਕਾਕਾ ਕੀ ਖੇਡਦਾ ਖੇਡਾਂ। ਏਅਰਪੋਰਟ ਤੋਂ ਲੈਣ ਬਾਪੂ ਨੂੰ ਮੁੰਡਾ ਵੱਡੀ ਗੱਡੀ ਵਿੱਚ ਆਇਆ। ਵੈਲਕਮ ਕਰਕੇ ਜੱਫੀ ਪਾ ਕੇ ਫਿਰ ਗੋਡੀ ਹੱਥ ਲਾਇਆ। ਘਰੇ ਜਾਂਦਿਆਂ ਸਾਰ ਨਾਸ਼ਤਾ ਸੋਨੇ ਦੀ ਥਾਲੀ ਚ ਕਰਾਇਆ। ਵੇਖ ਸੋਨੇ ਦੀ ਥਾਲੀ ਨੂੰ ਮਨ ਬਾਪੂ ਦਾ ਲਲਚਾਇਆ। ਬਾਪੂ ਸੋਚੇ ਪੁੱਤ ਮੇਰੇ ਨੇ ਲੱਗਦਾ ਮੋਟਾ ਨਾਵਾਂ ਕਮਾਇਆ। ਮੈਂ ਤਾਂ ਇਹਨੂੰ ਜਵਾਕ ਜਿਹਾ ਹੀ ਸਮਝਿਆ ਸੀ ਪਰ ਇਹ ਤਾਂ ਇੱਥੇ ਪੂਰਾ ਛਾਇਆ। ਮੁੰਡਾ ਜਦੋਂ ਸੀ ਪਾਸੇ ਹੋਇਆ ਨਾਸ਼ਤਾ ਉਹਨੂੰ ਕਰਾ ਕੇ ਬਾਪੂ ਨੇ ਥਾਲੀ ਬੈਗ ਚ ਪਾ ਲਈ ਮੁੰਡੇ ਤੋਂ ਅੱਖ ਬਚਾ ਕੇ। ਸੋਨੇ ਦੀ ਥਾਲੀ ਚ ਫੇਰ ਆ ਗਿਆ ਜਦੋਂ ਦੁਪਹਿਰ ਦਾ ਖਾਣਾ। ਪੂੰਝ ਪਾਂਝ ਕੇ ਫੇਰ ਲਕੋਲੀ ਕਾਕਾ ਸਮਝ ਨਿਆਣਾ। ਵੇਖ ਸੋਨੇ ਦੀ ਤੀਜੀ ਥਾਲੀ ਡੇਲੇ ਆ ਗਏ ਬਾਹਰ। ਲੰਘੇ ਨਾਮ ਦਾ ਰਾਤ ਦੀ ਰੋਟੀ ਲਈ ਹਾਕ ਮੁੰਡੇ ਨੂੰ ਮਾਰ। ਕਹਿੰਦਾ ਕਾਕਾ ਵੇਖ ਕੇ ਤੇਰੀ ਸੋਨ ਕਮਾਈ ਵਾਛਾਂ ਮੇਰੀਆਂ ਖਿਲੀਆਂ ਨੇ। ਰੋਟੀ ਰੂਟੀ ਮੈਂ ਬਾਅਦ ਚ ਖਾਊਂਗਾ ਪਹਿਲਾਂ ਇਹ ਦੱਸ ਘਰ ਚ ਸੋਨੇ ਦੀਆਂ ਥਾਲੀਆਂ ਕਿੰਨੀਆਂ ਨੇ। ਹੱਥ ਜੋੜ ਕੇ ਖੜ ਗਿਆ ਮੁੰਡਾ ਕਹਿੰਦਾ ਬਾਪੂ ਜੀ ਥੋਤੋਂ ਕਾਹਦੇ ਲਕੋ ਨੇ। ਪਰ ਗੁੱਸਾ ਨਾ ਕਰਿਓ ਘਰ ਚ ਸੋਨੇ ਦੀ ਥਾਲੀ ਤਾਂ ਇੱਕੋ ਹੀ ਆ ਪਰ ਸੁਨਿਆਰੇ 2 ਨੇ। ਕਿਉਂ ਮਾਸੀ ਕੁਝ ਪਈ ਪੱਲੇ ਕਥਾ ਕੀ ਸਮਝਾ ਗਈ? ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਕਿ ਕਥਾ ਤਾਂ ਸੁਨਿਆਰਾਂ ਦੀ ਚਲਾਕੀ ਦੀ ਚੱਲਦੀ ਸੀ ਵਿੱਚ ਵਜਾਰਤ ਕਿੱਥੋਂ ਆਈ? ਓਏ ਤੇਜ ਬੁੱਧੀ ਵਾਲੇ ਸਭ ਸਮਝ ਗਏ ਪਰ ਚੰਦ ਕੋਰੇ ਮੈਂ ਕੀ ਕਰਾਂ ਤੁਹਾਡੇ ਡੱਲ ਦਿਮਾਗ ਸਲੋ ਨੇ। ਲਓ ਸੁਣੋ ਸਿੱਧ ਪੁੱਧਰੀ ਗੱਲ ਇਹ ਆ ਕਿ CM ਦੀ ਕੁਰਸੀ ਤਾਂ ਇੱਕ ਆ ਪਰ ਬਾਦਲ 2 ਨੇ। ਚਾਚਾ ਕਿੱਧਰ ਤੁਰ ਪਿਆ? ਲੱਗਦਾ ਮਾਸੀ ਇਹ ਨੀ ਟਲਦਾ। ਘੋ ਗਿਆ ਜਾਂ ਤੈਨੂੰ 20 ਵਾਰੀ ਸਮਝਾਇਆ ਮੈਨੂੰ ਯਾਦ ਕਰਾ ਦਿਆ ਕਰ ਮੈਂ ਭੁੱਲ ਜਾਂਦਾ ਮੈਂ ਕੀ ਨਾ ਹਲਦਾ। ਮਾਸੀ ਹੁਣ ਚਾਚਾ 70 ਬਤਰਿਆ ਗਿਆ ਇਹਨੂੰ ਨੀ ਪਤਾ ਲੱਗਦਾ ਕਿੱਧਰ ਨੂੰ ਜਾਣਾ। ਆਪੇ ਪਤਾ ਲੱਗ ਜੂ ਵੀਰ ਪਹਿਲਾਂ ਚਿੱਟਿਆਂ ਤੋਂ ਮੌਰ ਬਣਾ ਲਏ ਸੀ ਹੁਣ ਨੀਲਿਆਂ ਤੋਂ ਲੈ ਲੂ ਦੱਖੂ ਦਾਣਾ। ਜੇ ਅਜੇ ਵੀ ਘੁੰਡੀ ਖੁੱਲੀ ਨੀ ਫਿਰ ਸੁਣੋ ਕਥਾ ਦਾ ਸਾਰ। ਬਾਦਲ ਸਾਹਿਬ ਹੁਣ ਸਮਝ ਗਏ ਕਿ ਹੋ ਗਿਆ ਕਾਕਾ ਉਡਾਰ। ਦਾ ਪੇਚ ਹੁਣ ਸਿੱਖ ਗਿਆ ਸਾਰੇ ਚੱਕ ਲੂ ਸਾਰਾ ਭਾਰ। ਇੱਕੋ ਗੱਲ ਦਾ ਖਾਵੇ ਝੋਰਾ ਕਿਤੇ ਇੱਥੋਂ ਨਾ ਖਾਜੇ ਮਾਰ। ਉਹ ਕਿਹੜੀ ਗੱਲ ਆ ਜਿਹੜੀ ਸਿੱਖਣੋਂ ਰਹਿ ਗਈ ਬਾਹਰ? ਸੰਜਮ ਹਲੀਮੀ ਮਿੱਠ ਬੋਲਣਾ ਤਿੰਨੋਂ ਸਿਆਸਤ ਦੇ ਹਥਿਆਰ। ਮੰਨਿਆ CM ਦੀ ਕੁਰਸੀ ਲਈ ਕਾਕਾ ਕੋਈ ਨੀ ਤੇਰਾ ਸਾਨੀ। ਨਾਲੇ ਕੁਰਸੀ ਕਿਤੇ ਚੱਲੀ ਹੈ ਤਾਂ ਘਰ 'ਚ ਹੀ ਅਜੇ ਹੁਣੇ ਦੇ ਤੀ ਫਿਰ ਲੋਕ ਕਹਿਣਗੇ ਮਨ ਮਾਨੀ। ਸੋ ਸਹਿਜ ਪੱਕੇ ਸੋ ਮਿੱਠਾ ਹੋਏ ਕਾਹਨੂੰ ਕਰਨੀ ਕਾਲੀ। ਸੋ ਸਮਝ ਕੇ ਵਰਤਾਂਗੇ ਆਪਾਂ ਸੋਨੇ ਵਾਲੀ ਥਾਲੀ। ਜਿਵੇਂ ਘਾਈਆਂ ਦੇ ਪੁੱਤਾਂ ਨੇ ਘਾਹ ਖੋਤਣਾ ਸੁਨਿਆਰਿਆਂ ਨੇ ਘਾਣਾ ਗਹਿਣਾ। ਓਦਾਂ ਹੀ ਆਖਰ ਪੁੱਤ ਬਸੰਤਿਆ ਤੂੰ ਹੱਟੀ ਬਹਿਣਾ। ਆਖਰ ਪੁੱਤ ਬਸੰਤਿਆ ਤੂੰ ਗੱਦੀ ਬਹਿਣਾ। ਆਖਰ ਪੁੱਤ ਬਸੰਤਿਆ ਤੂੰ ਗੱਦੀ ਬਹਿਣਾ। ਚਾਤਰਿਆ ਤੂੰ ਤਾਂ ਗੱਦੀ ਵਾਲਾ ਪਹਿਲੇ ਢੋਲ ਵਜਾਤਾ ਦੇ ਗੁਰਮੰਤਰ ਕਾਕੇ ਨੂੰ ਬਿਨ ਵਿਆਹ ਤੋਂ ਸਿਹਰਾ ਸਜਾਤਾ। ਅਜ ਤੂੰ ਤਾਂ ਉਹ ਗੱਲ ਕੀਤੀ ਆ ਕਿ ਦੇਖੀ ਕਮਲਿਆ ਇੱਟਰਾਂ ਮਾਰੀ ਕਹਿੰਦਾ ਚੰਗਾ ਯਾਦ ਕਰਾਤਾ। ਕਾਕਾ ਜੀ ਨੂੰ ਨੁਸਖਾ ਬਾਅਦ ਚ ਦੱਸੂ ਪਹਿਲਾਂ ਸੁਣ ਲੋ ਗਾਥਾ। ਇੱਕ ਗਰਮ ਸੁਭਾਅ ਦੀ ਤੋਤੀ ਸੀ। ਚਾਚਾ ਮੰਨ ਗਏ ਤੈਨੂੰ ਚਿੜੀਆਂ ਤੋਤਿਆਂ ਕੁੱਤਿਆਂ ਵਿੱਚ ਦੀ ਸਭ ਜਨਤਾ ਨੂੰ ਸਮਝਾਤਾ। ਇੱਕ ਅੜਬ ਸੁਭਾਅ ਦੀ ਕੱਬੀ ਤੋਤੀ ਕੱਢਦੀ ਸੀਗੀ ਗਾਲਾਂ ਮਾਲਕ ਨੂੰ ਵੀ ਟਿੱਚ ਜਾਣ ਦੀ ਪੁੱਠੀਆਂ ਲਾਵੇ ਛਾਲਾਂ। ਕਦੇ ਤਾਂ ਮਾਲਕ ਅੱਖ ਕੇ ਸੋਚੇ ਕਿ ਲੈ ਕੇ ਛਤਰ ਢਾਲਾਂ। ਕਦੇ ਕਹੇ ਚੱਲ ਛੱਡ ਕਾਹਨੂੰ ਮਰਜੂ ਪਹਿਲਾਂ ਕਿਤੇ ਦਿਖਾ ਲਾਂ। ਤੋਤਿਆਂ ਨੂੰ ਕੋਈ ਦਵੇ ਟ੍ਰੇਨਿੰਗ ਦੱਸ ਕਿਸੇ ਨੇ ਪਾਈ ਫਿਰ ਤੋਤੀ ਵਾਲੀ ਸਾਰੀ ਵਿਦਿਆ ਉਸਨੂੰ ਖੋਲ ਸੁਣਾਈ। ਕਹਿੰਦਾ ਜੀ ਉਹ ਵੇਖੋ ਤੁਹਾਡੇ ਪਿੰਜਰੇ 'ਚ 2 ਤੋਤੇ ਬੈਠੇ ਤੁਸੀਂ ਕਿੱਦਾਂ ਸਮਝਾਏ? ਸਾਡੇ ਵਾਲੀ ਰਹਿੰਦੀ ਗਾਲਾਂ ਕੱਢਦੀ ਤੁਹਾਡਾ ਇੱਕ ਪੂਜਾ ਕਰਦਾ ਦੂਜਾ ਧੂਪ ਤਖਾਏ।
ਮੰਨਣ ਫਿਕਰ ਕਰੋ ਨਾ, ਤੁਹਾਡੇ ਵਾਲੇ ਵੀ ਮੰਨਣ ਲੱਗ ਜੂ ਕਹਿਣਾ। ਬਸ ਦੋ ਕੁ ਦਿਨ ਤੁਹਾਡੀ ਤੋਤੀ ਨੂੰ ਸਾਡੇ ਤੋਤਿਆਂ ਦੀ ਸੰਗਤ 'ਚ ਰਹਿਣਾ ਪੈਣਾ। ਅੱਛਾ ਭਾਈ, ਜਾਣੀ ਤੋਤੀ ਨੂੰ ਸੰਗਤ ਦਰਸ਼ਨ ਕਰਨੇ ਪੈਣੇ ਆ। ਸੁਣ ਕੇ ਗੱਲ, ਟ੍ਰੇਨਰ ਦੀ ਮਾਲਕ ਨੇ ਫੀਸ ਭਰਾਤੀ, ਫੜ ਕੇ ਤੋਤੀ ਜਦੇ ਧੌਣ ਤੋਂ ਤੋਤਿਆਂ ਸੰਗ ਰਲਾਤੀ। ਫਿਰ ਤੋਤੇ ਨੇ ਟ੍ਰੇਨਿੰਗ ਕਰਾਤੀ। ਟ੍ਰੇਨਿੰਗ? ਓਏ ਸੁਨੱਖੀ ਤੋਤੀ ਵੇਖ ਕੇ ਧੂਫ ਤਿਖਾਉਂਦੇ ਤੋਤੇ ਨੇ ਜਦੇ ਪੁੱਠੀ ਛਾਲ ਲਗਾਤੀ। ਖਿੜਖਿੜ ਕਰਕੇ ਹੱਸਿਆ ਤੋਤਾ ਮਾਰੀ ਚੂਰੀ ਦੀ ਧੌਣ ਲਈ, ਦੂਜੇ ਨੂੰ ਕਹਿੰਦਾ ਬੰਦ ਕਰ ਪਾਠ ਪੂਜਾ, ਰੱਬ ਨੇ ਆਪਣੀ ਸੁਣ ਲਈ। ਚਾਚਾ, ਅਖੀਰੀ ਕਥਾ ਦਾ ਨਿਚੋੜ ਕੀ ਕੱਢਿਆ? ਨਿਚੋੜ? ਨਿਚੋੜ ਤਾਂ ਬਾਲਿਆ ਤੇਰੇ ਸਾਹਮਣੇ ਹੀ ਆ ਕਿ ਜੇ ਕਾਕਾ ਜੀ ਦੀ ਰੱਬ ਨੇ ਸੁਣੀ ਲਈ ਆ, ਮੇਰਾ ਮਤਲਬ ਤੋਤੀ ਜਾਣੀ ਕਿ ਗੱਦੀ ਉਹਨਾਂ ਦੇ ਹੱਥ ਆਏ ਗਈ ਆ, ਤਾਂ ਇਸ ਕੁਰਸੀ ਦਾ ਸਤਿਕਾਰ ਹੋਵੇ। ਚਤਰਿਆ, ਫਿਰ ਵੇਂਦਾ ਕੀ ਆ, ਚਨਕਾਟੇ ਵੱਲੋਂ ਦੇ ਗੁੜਤੀ, ਇਦੋਂ ਪਹਿਲਾਂ ਕਾਕਾ ਕੁਰਸੀ ਤੇ ਸਵਾਰ ਹੋਵੇ। ਗੁੜਤੀ? ਗੁੜਤੀ ਤਾਂ ਕਾਕਾ ਜੀ ਫਿਰ ਇਹੀ ਆ ਕਿ ਤੁਹਾਡੇ ਵਾਅਦੇ ਫਤਵਾ ਲੋਕਾਂ ਦਾ ਯਾਦ ਰੱਖਣਾ, ਜੋ ਇਕਰਾਰ ਹੋਏ। ਇਹ ਲੋਕਾਂ ਦੀ ਹੀ ਸ਼ਕਤੀ ਹੈ, ਤੁਸੀਂ ਲੋਕਾਂ ਤੋਂ ਸਰਕਾਰ ਹੋਏ। ਇੱਥੇ ਸਭ ਲਈ ਵਿੱਦਿਆ ਚਾਹੀਦੀ ਤੇ ਸਭਨਾਂ ਲਈ ਰੁਜ਼ਗਾਰ ਹੋਵੇ। ਇਹ ਰਾਜ ਨਹੀਂ ਹੈ, ਸੇਵਾ ਹੈ, ਸਭ ਲੋਕਾਂ ਦਾ ਸਰਮਾਇਆ ਹੈ। ਨੱਥ ਪਾ ਲਓ ਵੱਡੀ ਖੋਰੀ ਨੂੰ, ਜਿਸ ਸਭ ਨੂੰ ਬੁਰੇ ਬਣਾਇਆ ਹੈ। ਇਸ ਬੰਜਰ ਹੁੰਦੇ ਸੂਬੇ ਨੂੰ ਫਿਰ ਮਿਹਨਤ ਨਾਲ ਆਬਾਦ ਕਰੋ। ਕਾਕਾ ਜੀ, ਗੱਲ 25 ਸਾਲ ਦੀ ਕਰਦੇ ਹੋ, ਭਾਵੇਂ ਸਦੀਆਂ ਤੀਕ ਰਾਜ ਕਰੋ। ਕੁਝ ਸਿੱਖਣਾ ਬੀਤੇ ਸਮਿਆਂ ਤੋਂ, ਕੋਈ ਗਲਤੀ ਨਾ ਦੁਹਰਾ ਦੇਣਾ। ਇਹ ਲੋਕ ਅਦਾਲਤ ਬਖਸ਼ੇ ਨਾ, ਕਿਤੇ ਐਵੇਂ ਨਾ ਕੁੰਡਾ ਕਰਾ ਬੈਣਾ, ਕਿਤੇ ਐਵੇਂ ਨਾ ਕੁੰਡਾ ਕਰਾ ਬੈਣਾ, ਕਿਤੇ ਐਵੇਂ ਨਾ ਕੁੰਡਾ ਕਰਾ ਬੈਣਾ।